ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਡਾਕਟਰ ਕਿਰਪਾਲ ਸਿੰਘ ਵਰਗੇ ਵਿਦਵਾਨ ਨੂੰ ਜਿਹੜੇ ਪਿਛਲੇ 18 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤੁਸੀਂ ਮਾਈਕ ਖੋਲ੍ਹੋ ਵਾਹਿਗੁਰੂ ਜੀ ਸਾਹਿਬ ਤਾਂ ਜੀ ਸਤਿਗੁਰੂ ਮਹਾਰਾਜ ਸਤਿਗੁਰੂ ਪਾਤਸ਼ਾਹ।